ਸਰਕਾਰ ਤੇ ਕਿਸਾਨਾਂ ਵਿਚਕਾਰ ਝੋਨੇ ਦੀ ਬਿਜਾਈ ਨੂੰ ਲੈ ਕੇ ਖਿੱਚੋਤਾਣ ਵਧਦੀ ਜਾ ਰਹੀ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋ ਚ ਕਿਸਾਨਾਂ ਵੱਲੋਂ 4 ਖੇਤੀਬਾੜੀ ਅਧਿਕਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਿੱਚ ਵਿਖਾਈ ਦੇ ਰਹੇ ਅਧਿਕਾਰੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇਹ ਵੇਖਣ ਪਿੰਡ ਚ ਆਏ ਸਨ ਕਿ ਕਿਸੇ ਕਿਸਾਨ ਨੇ ਸਰਕਾਰ ਵੱਲੋਂ ਮਿੱਥੇ ਸਮੇਂ ਤੋਂ ਪਹਿਲਾਂ ਝੋਨੇ ਦੀ ਬਿਜਾਈ ਤਾਂ ਨਹੀਂ ਕੀਤੀ ਜਾ ਰਹੀ, ਪਰ ਪਿੰਡ ਚ ਜਾਂਦੇ ਹੀ ਭਾਰਤੀ ਕਿਸਾਨ ਯੂਨੀਅਨ ਨੇ ਇਹਨਾਂ ਅਧਿਕਾਰੀਆਂ ਨੂੰ ਘੇਰ ਕੇ ਬੰਦੀ ਬਣਾ ਲਿਆ। ਅਸੀਂ ਸਿਰਫ ਇਹ ਵੈਰੀਫਾਈ ਕਰਨਾ ਆਏ ਸੀ ਕਿ ਕਿਸਾਨ ਦੇ ਜਿਸ ਖੇਤ ਦੀ ਸ਼ਿਕਾਇਤ ਆਈ ਹੈ ਝੋਨਾ ਲੱਗਿਆ ਜਾਂ ਨਹੀਂ, ਇੱਥੇ ਕੋਈ ਝੋਨਾ ਨਹੀਂ ਲੱਗਿਆ। ਅਸੀਂ ਕਿਸਾਨ ਨਾਲ ਕੋਈ ਗੱਲ ਨਹੀਂ ਕਰੀ, ਕੁਛ ਨਹੀਂ ਕਿਹਾ। ਅਸੀਂ ਵੇਖਣ ਸਾਹਿਬ ਵਾਪਸ ਜਾ ਰਹੇ ਸੀ, ਸਾਨੂੰ ਕਿਸਾਨ ਯੂਨੀਅਨ ਨੇ ਰੋਕ ਲਿਆ, ਅਸੀਂ ਰੁਕ ਗਏ। ਉਧਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਇਹਨਾਂ ਅਧਿਕਾਰੀਆਂ ਨੂੰ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਇਹ ਅਧਿਕਾਰੀ ਕਿਸਾਨਾਂ ਦੇ ਖੇਤਾਂ 'ਚ ਆਉਣ ਤੋਂ ਤੌਬਾ ਨਹੀਂ ਕਰ ਲੈਂਦੇ। ਦੇਖੋ ਕਿਹੜਾ ਕਾਨੂੰਨ ਕਹਿੰਦਾ ਹੈ ਵੀ ਜਿਹੜਾ ਕਿਸੇ ਕਿਸਾਨ ਦੀ ਜੀਰੀ ਵਾਹੁਣ ਤੋਂ ਮਤਲਬ ਫਸਲ ਬੀਜਣ ਤੋਂ ਪਹਿਲੇ ਵਾਹੁਣ ਵਾਲੇ ਬੰਦੇ ਆ ਜਾਣ, ਉਹ ਵੀ ਖੇਤੀਬਾੜੀ ਅਧਿਕਾਰੀ। ਇਹ ਮੁਲਾਜ਼ਮ ਉਰੇ ਝੋਨਾ ਵਾਹੁਣ ਵਾਸਤੇ ਆਏ ਤੇ ਉਹ ਕਾਨੂੰਨੀ ਤੌਰ ਦੇ ਉੱਤੇ ਪਰਚਾ ਦਰਜ ਕੀਤਾ ਜਾ ਸਕਦਾ, ਕਿਸੇ ਕਿਸਾਨ ਦਾ ਝੋਨਾ ਨਹੀਂ ਵਹਾਇਆ ਜਾ ਸਕਦਾ। ਦੱਸਣ ਵੀ ਤੁਹਾਡਾ ਕਿਹੜਾ ਕਾਨੂੰਨ ਆ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਕਿਸਾਨਾਂ ਦੇ ਖੇਤਾਂ 'ਚ ਟਰੈਕਟਰ ਵਾੜਦੇ ਹੋ। ਇਸ ਕਰਕੇ ਅਸੀਂ ਉਨੀ ਦੇਰ ਨਹੀਂ ਇਹਨਾਂ ਨੂੰ ਜਾਣ ਦਿੰਦੇ ਜਿੰਨੀ ਦੇਰ ਇਹ ਤੌਬਾ ਕਰਕੇ ਨਹੀਂ ਜਾਂਦੇ ਵੀ ਅੱਜ ਤੋਂ ਬਾਅਦ ਕਿਸਾਨਾਂ ਦੇ ਖੇਤਾਂ 'ਚ ਨਹੀਂ ਅਸੀਂ ਆਉਂਦੇ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਤੇ ਲਗਾਈ ਗਈ ਪਾਬੰਦੀ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ 'ਚ ਲਗਾਤਾਰ ਖਿੱਚੋਤਾਣ ਵਧਦੀ ਜਾ ਰਹੀ ਹੈ। ਸੰਗਰੂਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।